2022 ਦੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਬੀਜੇਪੀ ਨੇ ਵੀ ਜਿਹੜਾ ਹੈਗਾ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਚੰਡੀਗੜ੍ਹ ਤੇ ਬੀਜੇਪੀ ਦਫ਼ਤਰ ਦੇ ਵਿੱਚ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ, ਕੇਂਦਰੀ ਮੰਤਰੀ ਮਨਾਕਸ਼ੀ ਲੇਖੀ, ਕੇਂਦਰੀ ਮੰਤਰੀ ਹਰਦੀਪ ਪੁਰੀ ਪਹੁੰਚੇ ਤੇ ਉਹਨਾਂ ਦੇ ਨਾਲ ਪੰਜਾਬ ਤੋਂ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਹੈਗੀ ਹੈ ਉਹ ਵੀ ਮੌਜੂਦ ਸੀ ਤੇ ਪਾਰਟੀ ਵਰਕਰਾਂ ਦੇ ਨਾਲ ਗੱਲਬਾਤ ਜਿਹੜੀ ਹੈਗੀ ਉਹ ਕੀਤੀ ਗਈ। ਮੀਟਿੰਗ ਤੋਂ ਪਹਿਲਾਂ ਬੀਜੇਪੀ ਲੀਡਰਸ਼ਿਪ ਵੱਲੋਂ ਸੁਖਮਣੀ ਸਾਹਿਬ ਦਾ ਪਾਠ ਵੀ ਕਰਾਇਆ ਗਿਆ ਤੇ ਨਵਾਂ ਪੰਜਾਬ ਭਾਜਪਾ ਦੇ ਨਾਲ ਇਹ ਪੋਸਟਰ ਜਿਹੜਾ ਹੈਗਾ ਉਹ ਰਿਲੀਜ਼ ਕੀਤਾ ਗਿਆ। ਇਸ ਦੇ ਰਾਹੀਂ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਬੀਜੇਪੀ ਪੂਰਾ ਜ਼ੋਰ ਲਾਵੇਗੀ, ਚੋਣ ਪ੍ਰਚਾਰ ਕਰੇਗੀ ਅਤੇ ਚੋਣਾਂ ਜਿਹੜਾ ਹੈਗਾ ਜਿੱਤ ਹਾਸਲ ਕਰੇਗੀ। ਇਸ ਮੌਕੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਣਗੇ, ਪਰ ਦੂਜੇ ਪਾਸੇ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸਵਾਲ ਤੇ ਟਾਲਾ ਵਰਤੇ ਹੋਏ ਨਜ਼ਰ ਆਏ। ਹਾਲਾਂਕਿ ਬੀਜੇਪੀ ਕਿਸਾਨੀ ਅੰਦੋਲਨ ਕਰਕੇ ਵਿਰੋਧ ਦਾ ਵੀ ਸਾਹਮਣਾ ਕਰ ਰਹੀ ਹੈ, ਪਰ ਇਸ ਵਿਰੋਧ ਦੇ ਦੌਰਾਨ ਹੀ ਜਿਹੜਾ ਹੈਗਾ ਬੀਜੇਪੀ ਆਪਣੇ ਪਾਰਟੀ ਵਰਕਰਾਂ ਦੇ ਨਾਲ ਮੀਟਿੰਗ ਕਰਕੇ ਅੱਗੇ ਦੀ ਤਿਆਰੀ ਵੀ ਕਰ ਰਹੀ ਹੈ। ਮੀਨਾਕਸ਼ੀ ਲੇਖੀ ਨੇ ਕੀ ਕਿਹਾ ਇਹ ਸੁਣਨੇ। ਸਟ੍ਰੈਟਜੀ ਤੇ ਚੌਕਡ ਆਊਟ ਹੈ, ਅਸੀਂ ਵੀ ਜਿਵੇਂ ਨੇ ਉਹ ਜਿੱਤਣ ਲਈ ਕੰਮ ਕਰਨ ਲਈ ਆਏ ਨੇ ਕੰਮ ਕਰਕੇ ਜਾਣਗੇ ਤੇ ਜਿਹੜਾ ਜਿੱਤਣਾ ਸਾਡਾ ਕੰਮ ਹੈ ਉਹ ਕਰਕੇ ਜਾਣਾ ਹੈ। ਪਹਿਲਾਂ ਰੀਜ਼ਨਸ ਰਹੇ ਜਿੱਦਾਂ ਕਰਕੇ ਅਸੀਂ ਸੁੱਖ ਸ਼ਾਂਤੀ ਬਹਾਲ ਕਰਨ ਲਈ ਅਰਦਾਸ ਵੀ ਕੀਤੀ ਹੈ ਤੇ ਅਰਦਾਸ ਦੇ ਬਾਅਦ ਜਿਹੜਾ ਵੀ ਹੁਣ ਗੁਰੂਆਂ ਦਾ ਨਾਂ ਲੈ ਕੇ ਅਸੀਂ ਕੰਮ ਸ਼ੁਰੂ ਕਰਨ ਲੱਗੇ ਨੇ। ਮੀਟਿੰਗਸ ਕਿਸ ਕਿਸ ਸਾਥ ਕਰ ਰਹੇ ਹੈ ਫਰੰਟਲ ਆਰਗੇਨਾਈਜੇਸ਼ਨ? ਸਾਡੇ ਜਿਹਨੇ ਵਰਕਰਸ ਨੇ, ਸਾਡੇ ਵਰਕਰਾਂ ਇੰਟਰਨਲ ਮੀਟਿੰਗਸ ਨੇ, ਜਿਹੜੇ ਵਰਕਰਸ ਨੇ ਜਿਹੜੇ ਗਰਾਊਂਡ 'ਚ ਕੰਮ ਕਰ ਰਹੇ ਨੇ, ਉਹ ਪਾਰਟੀ ਦੇ ਮੈਂਬਰਸ, ਕਾਰਜਕਰਤਾ, ਜਿਨ੍ਹਾਂ ਨੇ ਕਾਰਜਕਰਤਾ ਨਈ ਪੋਲੀਟੀਕਲ ਪਾਰਟੀ ਫਲੋਟ ਕਰ ਰਹੇ ਨੇ, ਕਹਿ ਰਹੇ ਨੇ ਜੀ ਜੇ ਫਾਰਮ ਜਿਹੜਾ ਐਜੀਟੇਸ਼ਨ ਉਸਦਾ ਰੈਜ਼ੋਲੂਸ਼ਨ ਹੋ ਜਾਂਦਾ, ਉਹ ਰਿਜ਼ੋਲਵ ਹੋ ਜਾਂਦਾ ਕਿਸਾਨਾਂ ਦੇ ਉਸਦੇ ਵਿੱਚ ਤੇ ਬੀਜੇਪੀ ਦੇ ਨਾਲ ਵੀ ਉਹ ਸੀਟ ਸ਼ੇਅਰਿੰਗ ਵਾਸਤੇ ਸੋਚ ਰਹੇ। ਮੈਂ ਕਹਿ ਰਹੀ ਹਾਂ, ਮੈਂ ਕਿਹਾ ਜਿਵੇਂ ਜਿਵੇਂ ਵਕਤ ਬਦਲਦਾ ਹੈ ਅੱਗੇ ਕੀ ਕੀ ਹੋਣਾ ਹੈ ਤੁਹਾਡੇ ਵੀ ਸਾਹਮਣੇ ਆਏਗਾ, ਮੇਰੇ ਵੀ ਆਏਗਾ, ਵੇਟ ਕਰਦੇ ਨੇ।